ਤੁਹਾਡੇ ਸਾਰਿਆਂ ਦਾ ਭੈਣਾਂ ਦੇ ਵੀਰਾਂ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ। ਇੱਕ ਭਾਈ ਤੁਹਾਨੂੰ ਤੇਜ਼ਾਬ ਵਾਸਤੇ ਦੱਸਦੇ ਹੋ, ਨੁਕਤਾ ਦੇਸੀ ਨੁਕਤਾ ਭਾਈ। ਇੱਕ ਤਾਂ ਜੀ ਲਓ ਤੁਸੀਂ ਵੱਡੀ ਹਰੜ, ਇੱਕ ਔਲੇ, ਇੱਕ ਬਹੇੜੇ, ਇੱਕ ਛੋਟੀ ਹਰੜ। ਇਹ ਚਾਰੇ ਚੀਜ਼ਾਂ ਤੁਸੀਂ ਰਗੜ ਕੇ ਇਹਦੇ 'ਚ ਜੀ ਆਪਾਂ ਲੂਣ ਪਾਉਣਾ ਹੈ, ਕਾਲਾ ਲੂਣ। ਜੇ ਤੁਹਾਨੂੰ ਬਲੱਡ ਪ੍ਰੈਸ਼ਰ ਹੈ ਤਾਂ ਉਹ ਜੀ ਮਿਸਰੀ ਪਾ ਲਓ, ਨਹੀਂ ਤੁਸੀਂ ਮੁਤਾਬਕ ਕਾਲਾ ਲੂਣ ਪਾ ਸਕਦੇ ਹੋ। ਜੇ ਤੁਸੀਂ ਦੋਨੇ ਚੀਜ਼ਾਂ ਪਾਉਣੀ ਦੋਨੇ ਵੀ ਪਾ ਸਕਦੇ ਹੋ। ਵੱਡੀ ਹਰੜ, ਛੋਟੀ ਹਰੜ, ਔਲੇ ਅਤੇ ਬਹੇੜੇ, ਚਾਰ ਚੀਜ਼ਾਂ, ਲੂਣ ਅਤੇ ਮਿਸਰੀ। ਇਹ ਤੁਸੀਂ ਜੇ ਦੋਨੇ ਪਾਉਣੇ ਆ ਦੋਨੇ ਵੀ ਪਾ ਸਕਦੇ ਹੋ ਸਵਾਦ ਅਨੁਸਾਰ। ਇਹ ਤੁਸੀਂ ਦੋ ਦੋ ਤੋਲੇ, ਦੋ ਦੋ 100-100 ਗ੍ਰਾਮ ਲੈ ਲਈਏ ਜੀ, ਚਾਰੇ ਚੀਜ਼ਾਂ 100-100 ਗ੍ਰਾਮ ਲੈ ਕੇ ਉਹਨੂੰ ਕੁੱਟ ਕੇ ਸਮਾਰ ਕੇ ਹਿੜਕਾ ਕੱਢ ਕੇ ਮਿਕਸੀ 'ਚ ਪੀ ਲਓ। ਤੁਸੀਂ ਮਿਕਸੀ 'ਚ ਉਹਦਾ ਪਾਊਡਰ ਬਣਾਓ ਜੀ। ਤੁਸੀਂ ਉਹ ਲੈਂਦੇ ਰਹੋ ਅੱਧਾ ਚਮਚਾ ਰੋਜ਼, 15-20 ਦਿਨਾਂ 'ਚ ਤੁਹਾਡਾ ਜੀ ਤੇਜ਼ਾਬ ਦੂਰ ਭੱਜ ਜੂਗਾ।